जदों हस्बैंड ते वाइफ दी लड़ाई हुंदी है ना ते ज्यादातर की हुंदा है कि वाइफ जो है उस लड़ाई च पिछले सारे मसले ऐड ऑन कर देंदी है। जेड़े मसले हल भी कीते हुंदे है ना ओह भी गल्लां क्लियर कीती हुंदी ने ओह भी सुनाई दियां ने नाल लग क्यों सानू याद रहंदा मेमोरी है साडी इन्नी तेज तो क्लियर कर दी सी मैं ओह क्यों पई इन्नी विच हुण दी गल कर पई हुण तैनू की बीमारी पई है हुण दस दस किसे दी गलती किसे दा गुस्सा कढ़ना सब तो वध मतलब अवॉइड ही करे इस चीज नू मैं किन्ना परेशान है इस गल ਮੈਨੂੰ ਦਿਲਜੀਤ ਦੋਸਾਂਝ ਅਮਰਿੰਦਰ ਗਿੱਲ ਅਤੇ ਗਿੱਪੀ ਗਰੇਵਾਲ ਪਤਾ ਸੀ ਹੋਰ ਮੈਨੂੰ ਕੁਛ ਵੀ ਨਹੀਂ ਪਤਾ ਸੀ ਮੈਂ ਐਮੀ ਵਿਰਕ ਨੂੰ ਦੇਖਿਆ ਆ ਰਿਹਾ ਇਹਦੇ ਪਿੱਛੇ ਚਾਰ ਬੰਦੇ ਆ ਰਹੇ ਮੈਂ ਕਿਹਾ ਉਹ ਬੰਦਾ ਕੌਣ ਆ ਹੈ ਨਾ ਮੈਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਜਿੰਨਾ ਸਟਾਈਲ ਕਿਸੇ 'ਚ ਨਹੀਂ ਵੇਖਿਆ ਹੈ ਨਾ ਇੰਨੀ ਟੌਰ ਨਾਲ ਆਇਆ ਹੈ ਨਾ ਆਏ ਆਏ ਮੈਂ ਕਿਹਾ ਯਾਰ ਉਦੋਂ ਤਾਂ ਅੱਜ ਤੱਕ ਮੈਨੂੰ ਆ ਲੱਗਦਾ ਕਿ ਪੰਜਾਬੀ ਫਿਲਮਾਂ 'ਚ ਜਿਹੜਾ ਇੱਕ ਸਟਾਈਲ ਕੈਰੀ ਕਰਨਾ ਹੁੰਦਾ ਨਾ ਕਿ ਭਾਵੇਂ ਕੁਛ ਵੀ ਦੇ ਦਿਓ ਤੁਸੀਂ ਐਮੀ ਵਿਰਕ ਨੂੰ ਉਹਨੇ ਆਏ ਕੈਰੀ ਕਰਨਾ ਆਪਦੇ ਉੱਤੇ ਹੈ ਨਾ ਬਹੁਤ ਵਧੀਆ ਕੈਰੀ ਕਰਦਾ ਤੇ ਉਹੀ ਮੇਰਾ ਪਹਿਲਾ ਰਿਐਕਸ਼ਨ ਸੀ ਉਹੀ ਅੱਜ ਤੱਕ ਜੇ ਕੰਮ ਦੇ ਦੌਰਾਨ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਸੀ ਅਮਰਿੰਦਰ ਗਿੱਲ ਨੂੰ ਹੈ ਨਾ ਉਹ ਪੂਰਾ ਦਿਨ ਸ਼ੂਟ ਕਰਕੇ ਆਇਆ ਸੀ ਤੂੰ ਇਮੈਜਿਨ ਕਰ ਸਕਦਾ ਮੈਂ ਅਮਰਿੰਦਰ ਗਿੱਲ ਨੂੰ ਪੁੱਛਿਆ ਹੈਲੋ ਲੂਡੋ ਖੇਲੂੰਗੇ ਤੂੰ ਅਮਰਿੰਦਰ ਗਿੱਲ ਦੀ ਸ਼ਕਲ ਇਮੈਜਿਨ ਕਰ ਸਕਦਾ ਕਹਿੰਦੇ ਅੱਛਾ ਓਕੇ ਅਤੇ ਮੈਂ ਨਾ ਦਰਵਾਜ਼ਾ ਬੰਦ ਕੀਤੇ ਬਿਨਾਂ ਪਿੱਛੋਂ ਬੈੱਡ ਤੋਂ ਲੂਡੋ ਚੱਕੀ ਤਾਂ ਮੈਂ ਖੜੀ ਹੋ ਗਈ ਦੇਖੇ ਚਲੋ ਉਹ ਬੋਰਡ ਵਾਲੀ ਆਉਂਦੀ ਸੀ ਕਹਿੰਦੇ ਓਕੇ